ਵਿਚਕਾਰ ਜ਼ਬਰਦਸਤ ਖੂਨੀ ਝੜਪ ਹੋਈ ਤੇ ਇਹ ਨੌਜਵਾਨ ਗਲੀ ਦੇ ਵਿਚਕਾਰ ਹੀ ਇੱਕ ਦੂਜੇ ਉੱਤੇ ਇੱਟਾਂ ਪੱਥਰ ਤੇ ਤੇਜ਼ ਧਾਰ ਹਥਿਆਰ ਚਲਾਉਂਦੇ ਨਜ਼ਰ ਆਏ ਤੇ ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀ ਹੈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹ ਦਰਜਣਾ ਨੌਜਵਾਨ ਹੱਥਾਂ ਦੇ ਵਿੱਚ ਹਥਿਆਰ ਲੈ ਕੇ ਇੱਕ ਦੂਜੇ ਉੱਤੇ ਹਮਲਾ ਕਰਦੇ ਨਜ਼ਰ ਆ ਰਹੇ ਨੇ। ਇਸ ਵਾਰਦਾਤ ਦੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਦੱਸਣਾ ਬਣਦਾ ਹੈ ਕਿ ਆਪਸੀ ਰੰਜਿਸ਼ ਦੇ ਚੱਲਦੇ ਇਹ ਵਾਰਦਾਤ ਵਾਪਰੀ ਹੈ। ਉੱਥੇ ਪੀੜਤ ਪਰਿਵਾਰ ਨੇ ਹੁਣ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਹ ਘਟਨਾ ਲੁਧਿਆਣਾ ਦੇ ਥਾਣਾ ਡਾਬਾ ਅਧੀਨ ਪੈਂਦੇ ਫਤਿਹ ਨਗਰ ਇਲਾਕੇ ਤੋਂ ਸਾਹਮਣੇ ਹੈ, ਜਿੱਥੇ ਬੀਤੇ ਦਿਨ ਦੋ ਧਿਰਾਂ ਦੇ ਵਿਚਕਾਰ ਇਹ ਖੂਨੀ ਝੜਪ ਹੋਈ ਹੈ। ਦੱਸ ਦਈਏ ਕਿ ਆਪਸੀ ਰੰਜਿਸ਼ ਦੇ ਕਾਰਨ ਇਹ ਸਾਰੀ ਵਾਰਦਾਤ ਵਾਪਰੀ ਆ। ਉਧਰ ਦੋਵੇਂ ਹੀ ਧਿਰਾਂ ਵੱਲੋਂ ਇੱਕ ਦੂਜੇ ਉੱਤੇ ਇੱਟਾਂ ਪੱਥਰ ਸਮੇਤ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ। ਦੋ ਧਿਰਾਂ ਵਿਚਕਾਰ ਇਹ ਖੂਨੀ ਝੜਪ ਗਲੀ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ, ਜਿਸ 'ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹ ਨੌਜਵਾਨ ਇੱਕ ਦੂਜੇ ਉੱਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਰਹੇ ਨੇ ਅਤੇ ਕਿਸੇ ਦੇ ਹਟਾਉਣ ਤੋਂ ਵੀ ਨਹੀਂ ਰੁਕ ਰਹੇ। ਇਹ ਸਾਰੀ ਵਾਰਦਾਤ ਦੇ ਦੌਰਾਨ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਹੈ, ਜਿਸਦਾ ਨਾਮ ਬਲਜੀਤ ਸਿੰਘ ਸੀ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹਨਾਂ ਨੇ ਮੇਰੇ ਮੁੰਡੇ ਨੂੰ ਚੱਕ ਕੇ ਲਿਜਾ ਕੇ ਇਹਨਾਂ ਨੇ ਸਾਨੂੰ ਫੇਰ ਵੀ ਡਰਾ ਕੇ ਪਰਚਾ ਨਹੀਂ ਕਰਨ ਦਿੱਤੇ। ਸਾਡੇ ਕੋਲ ਵੀਡੀਓ ਹੈਗੀ ਆ। ਇਹ ਵੀਡੀਓ ਹੈਗੀ ਆ ਜੀ, ਅੱਜ ਤੋਂ ਸਾਲ ਪਹਿਲਾਂ ਮਤਲਬ ਤੁਹਾਡੇ ਮੁੰਡੇ ਨੂੰ। ਹਾਂਜੀ, ਇਹਨਾਂ ਨੇ ਮੇਰੇ ਮੁੰਡੇ ਨੂੰ ਕਿਡਨੈਪ ਕਰਕੇ ਜਾਣੀ ਮੂਤ ਵੀ ਪਿਲਾਇਆ, ਉਹਦੇ ਮੂੰਹ 'ਚ ਬਹੁਤ ਕੁਛ ਕਰਿਆ ਇਹਨਾਂ ਨੇ। ਇਹਨਾਂ ਨੇ ਮੇਰਾ ਮੁੰਡਾ ਤੋਂ ਪੁਰਾਣੀ ਰੰਜਿਸ਼ ਨੂੰ ਲੈ ਕੇ ਪੁਰਾਣੀ ਰੰਜਿਸ਼ ਨਾਲ ਲੜਾਈ ਹੋਈ ਹੈ, ਹੋਰ ਕੋਈ ਰੰਜਿਸ਼ ਨਹੀਂ। ਆਂਟੀ ਇੱਕ ਆਰੋਪ ਲੱਗ ਰਿਹਾ, ਕੋਈ ਕਹਿੰਦੇ ਨੇ ਕਿ ਚਿੱਟਾ ਵਗੈਰਾ ਇੱਥੇ ਵਿਕਦਾ। ਨਾ ਜੀ, ਇਦਾਂ ਦੀ ਕੋਈ ਗੱਲ ਨਹੀਂ, ਜਦੋਂ ਦੀ ਗੱਲ ਸਾਨੂੰ ਮੱਲਾ ਨਾ ਕਵੇ। ਜਿਹੜਾ ਆਂਟੀ ਮੁੰਡਾ ਮਰਿਆ ਹੋਇਆ ਉਹ ਕਦ ਤੋਂ ਮਤਲਬ ਇੱਥੇ ਆਉਂਦਾ ਜਾਂਦਾ? ਉਹ ਆ ਜਾਂਦਾ ਸੀ, ਯਾਰੀ ਦੋਸਤੀ ਕਰਕੇ ਚਲਾ ਜਾਂਦਾ ਸੀ। ਉਹਦੇ ਪੈਰ ਸੁੱਜੇ ਹੋਏ ਤੇ ਸ਼ੂਗਰ ਸੀ ਉਸ ਮੁੰਡੇ ਨੂੰ। ਅੱਛਾ ਜੀ। ਹਾਂਜੀ, ਝੂਲਿਆਂ ਦਾ ਕੰਮ ਕਰਦਾ ਸੀ ਉਹ। ਅੱਛਾ ਜੀ। ਝੂਲਿਆਂ ਦਾ ਕੰਮ ਕਰਦਾ ਸੀ, ਮੇਲੇ ਲਾਉਂਦਾ ਸੀ ਉਹ। ਇਹ ਕਿੰਨੇ ਵਜੇ ਦੀ ਘਟਨਾ ਦੇਰ ਰਾਤ? ਇਹ ਜੀ 10:30-11 ਵਜੇ ਦੀ ਘਟਨਾ। 10:30-11 ਵਜੇ ਤੇ ਇਹ ਮੁੰਡਾ ਮਤਲਬ ਵੈਸੇ ਆਉਂਦਾ ਹੁੰਦਾ ਸੀ ਤੇ ਯਾਰੀ ਦੋਸਤੀ ਕਰਕੇ? ਹਾਂਜੀ, ਯਾਰੀ ਦੋਸਤੀ ਕਰਕੇ। ਕਿੰਨੇ ਕੁ ਬੰਦਿਆਂ ਨੇ ਮਤਲਬ ਹਮਲਾ ਕੀਤਾ ਉੱਤੇ ਜਿਹੜਾ? ਉਹ ਜੀ ਹੁਣੇ 15-20 ਮੁੰਡੇ। ਅੱਛਾ, ਉਹਦੀ ਆਪਣੀ ਮਤਲਬ ਕੋਈ ਪੁਰਾਣੀ ਰੰਜਿਸ਼ ਸੀ? ਰੰਜਿਸ਼ ਸੀ ਜੀ, ਉਹ ਸਾਡੇ ਤੇ ਹਮਲਾ ਕਰਨ ਆਏ, ਸਾਡੇ ਬੱਚਿਆਂ ਨੂੰ ਮਾਰਨ ਲਈ ਆਉਂਦਾ। ਅੱਗੇ ਤੋਂ ਵੀ ਸਾਨੂੰ ਉਹ ਤੋਂ ਬਹੁਤ ਬਹੁਤ ਜ਼ਿਆਦਾ ਖਤਰਾ। ਹੁਣ ਪੁਲਿਸ ਮੌਕੇ ਤੇ ਆਈ ਹੈ ਤੇ ਕੀ? ਹਾਂਜੀ, ਪੁਲਿਸ ਮੌਕੇ ਤੇ ਰਾਤ ਵੀ ਪਹੁੰਚੀ ਹੈ, ਪੁਲਿਸ ਮੌਕੇ ਤੇ ਹੁਣ ਵੀ ਪਹੁੰਚੀ ਹੈ। ਪੁਲਿਸ ਵਾਲਿਆਂ ਕੋਲੋਂ ਕੋਈ ਕਮੀ ਨਹੀਂ, ਅਸੀਂ ਫੋਨ ਕੀਤਾ, ਪੁਲਿਸ ਨਾਲ ਹੀ ਹਾਜ਼ਰ ਹੋਈ ਹੈ ਜੀ। ਤੇ ਕੈਮਰੇ ਵਗੈਰਾ ਲੱਗੇ ਸੀਸੀਟੀਵੀ? ਨਹੀਂ ਜੀ, ਸਾਡੇ ਕੈਮਰੇ ਨਹੀਂ। ਸਾਡੇ ਨਹੀਂ ਹੈਗੇ, ਗਵਾਂਢੀ ਹੈਗੇ ਨੇ ਉਹਨਾਂ ਦੇ। ਗਵਾਂਢੀਆਂ ਦੇ ਕੈਮਰੇ ਹੈਗੇ ਜੀ, ਉਹ 'ਚੋਂ ਇਹਨਾਂ ਨੇ ਸੀਸੀਟੀਵੀ ਲੈ ਗਏ, ਉਹਨਾਂ ਦਾ ਚੱਕ ਕੇ ਉਹ 'ਚੋਂ ਵੀਡੀਓ ਕੱਢ ਕੇ ਲੈ ਗਏ ਉਹਨਾਂ ਦੀ ਵੀਡੀਓ। ਤੁਹਾਡੇ ਵੀ ਘਰਦਿਆਂ ਨਾਲ ਮਾਰਕੁੱਟ ਵਗੈਰਾ ਹੋਈ ਆ? ਹਾਂਜੀ ਹੋਈ ਆ ਸਾਡੇ, ਆਹ ਦੇਖੋ। ਅੱਛਾ, ਚਲੋ ਠੀਕ, ਕੋਈ ਗੱਲ ਨਹੀਂ, ਠੀਕ ਹੈ, ਮਾਰਕੁੱਟ ਵਗੈਰਾ ਹੋਈ ਆ। ਤੇ ਇਹ ਕੋਈ ਗੋਲੀ ਕਹਿੰਦੇ ਚੱਲਣ ਦੀ ਵੀ ਗੱਲ ਹੈਗੀ? ਕੋਈ ਗੋਲੀਆਂ ਵੀ ਚੱਲਣ ਦੀ ਆਵਾਜ਼ ਆਈ? ਗੋਲੀ ਨਹੀਂ ਜੀ ਚੱਲਦੀ, ਦੇਖੀ ਹੱਥ 'ਚ ਵੈਪਨ ਦੀ। ਵੈਪਨ ਸੀਗੀ ਉਹਨਾਂ? ਹਾਂਜੀ, ਗੋਲੀ ਚਲਾਈ ਉਹਨਾਂ ਨੇ, ਟੋਕੇ ਮਾਰੇ, ਟੋਕੇ ਲਏ। ਇਲਾਕੇ 'ਚ ਇਸ ਤੋਂ ਪਹਿਲਾਂ ਵੀ ਕੋਈ ਇੱਦਾਂ ਦੀ ਘਟਨਾ ਹੋਈ ਹੈ ਜਾਂ ਪਹਿਲੀ ਵਾਰੀ ਇੱਦਾਂ ਦੀ ਹੋਈ ਹੈ? ਨਹੀਂ ਜੀ, ਇੱਕ ਵਾਰੀ ਸਾਡੇ ਉੱਧਰ ਹੋਈ ਸੀ, ਗੁਰਵਚਨ ਕਲੋਨੀ ਦੇ ਵਿੱਚ। ਅੱਛਾ ਜੀ। ਪਹਿਲਾਂ ਇਹ ਤੁਸੀਂ ਕਦੋਂ ਰਹਿੰਦੇ ਉੱਥੇ?
ਮੈਨੂੰ ਤਾਂ ਜੀ ਹੋ ਗਏ ਰਹਿੰਦੀ ਨੂੰ 40 ਸਾਲ ਹਰਪ੍ਰੀਤ ਸਿੰਘ ਜਗਰੂਪ ਸਿੰਘ ਜੀ ਜਗਰੂਪ ਸਿੰਘ ਦੀ ਇਹਨਾਂ ਨੇ ਵੀਡੀਓ ਬਣਾਈ ਹੋਈ ਆ ਹਾਂਜੀ ਪੁਰਾਣੇ ਮਾਮਲੇ ਦੋ ਬੇਟੇ ਆ ਮੇਰੇ ਕੀ ਕਰਦੇ ਨੇ ਉਹ ਕੰਮ ਕਰਦੇ ਇੱਕ ਆਟੋ ਚਲਾਉਂਦਾ ਜੀ ਇੱਕ ਦਿਹਾੜੀ ਕਰਦਾ ਠੀਕ ਹੈ ਹੁਣ ਕੀ ਮੰਗ ਕੀਤੀ ਪੁਲਿਸ ਕੋਲ ਤੁਸੀਂ ਕਰ ਅਸੀਂ ਤਾਂ ਪੁਲਿਸ ਮੰਗ ਕੋਲੋਂ ਇਹ ਕੀਤੀ ਹੈ ਜੀ ਚਲੋ ਯਾਰ ਦੋਸਤ ਸਾਨੂੰ ਇਨਸਾਫ ਚਾਹੀਦਾ ਇਹਨਾਂ ਦਾ ਠੀਕ ਹੈ ਹੁਣ ਤੁਸੀਂ ਆਪਣਾ ਮੈਡੀਕਲ ਵਗੈਰਾ ਕਰਾਇਆ ਜਿਹੜੇ ਸੱਟਾਂ ਹਾਂਜੀ ਮੈਡੀਕਲ ਅਸੀਂ ਰਾਤ ਕਰਾਉਣ ਗਏ ਤੇ ਰਾਤ ਵੀ ਸਾਡੇ ਮਗਰ ਬੰਦੇ ਪੈ ਗਏ ਸੀਰੀਅਸ ਹੈ ਤੁਸੀਂ ਲੈ ਜਾਓ ਵੀ ਬੇਟਾ ਦੇਖੋ ਪਹਿਲਾਂ ਬੇਟੇ ਦੇ ਸੱਟਾਂ ਵਜੀਆਂ ਹਾਂ ਬੇਟੇ ਦੇ ਬੇਟਾ ਕਿੱਥੇ ਹੁਣ ਹਾਂਜੀ ਉਹ ਗਏ ਹੋਏ ਨੇ ਬੇਟਾ ਜਿਹੜਾ ਮਰਿਆ ਜੀ ਬੇਟਾ ਹੀ ਸੀ ਸਾਡਾ ਉਹ ਬੇਟਾ ਹਸਪਤਾਲ ਦੇ ਵਿੱਚ ਸੀ ਮੈਂ ਸੀ ਉਹਦੀ ਮੰਮੀ ਸੀ ਉਹਦੀ ਕੰਡੀਸ਼ਨ ਦੇਖ ਕੇ ਰੈਫਰ ਕਰਤਾ ਉਹਨੂੰ ਹਾਂਜੀ ਉਹਨੂੰ ਰੈਫਰ ਕਰਨ ਤੋਂ ਪਹਿਲਾਂ ਹੀ ਉਹਦੇ ਟਾਂਕੇ ਟੂੰਕੇ ਲਾਉਂਦੇ ਸੀ ਜਦੋਂ ਸਵਾਸ ਨਿਕਲ ਗਈ ਠੀਕ ਹੈ ਇਹ ਇਹਨਾਂ ਦੀ ਕੋਈ ਲਾਕ ਡਾਟ ਸੀਗੀ ਜੀ ਅੱਛਾ ਜੀ 2018 ਦੇ ਵਿੱਚ ਠੀਕ ਹੈ ਅਤੇ ਫਿਰ ਰਾਤੀ ਤਾਬੜ ਤੋਂ ਮਾਮਾ ਹੋਇਆ ਜੀ ਇਹਨਾਂ ਕੋਲੇ ਆਂਦਾ ਜਾਂਦਾ ਸੀਗਾ ਜੀ ਕੀ ਕਰਦਾ ਸੀ ਇੱਥੇ ਯਾਰੀ ਦੋਸਤੀ ਸੀਗੇ ਇਹਨਾਂ ਨਾਲ ਆਂਦਾ ਜਾਂਦਾ ਸੀ ਇਹਨਾਂ ਤੇ ਕੁਛ ਇਹ ਵੀ ਕਿਹਾ ਜਾ ਰਿਹਾ ਕਿ ਚਿੱਟਾ ਚੁੱਟਾ ਵੀ ਪੀਂਦਾ ਸੀ ਚਿੱਟਾ ਚੁੱਟਾ ਦਾ ਪਤਾ ਨਹੀਂ ਗਾ ਚਿੱਟਾ ਅੱਛਾ ਵੈਸੇ ਹੀ ਆਉਂਦਾ ਜਾਂਦਾ ਸੀ ਹਾਂਜੀ ਵੈਸੇ ਦੇਰ ਰਾਤ ਕਿੰਨੇ ਵਜੇ ਤੁਹਾਨੂੰ ਕਿਦਾਂ ਪਤਾ ਲੱਗਾ ਕਿ ਇਹਦੇ ਸਾਨੂੰ ਤਾਂ ਰਾਤੀ ਜਦੋਂ ਇਹਨਾਂ ਦੀ 10-11 ਵਜੇ ਲੜਾਈ ਹੋਈ ਸਾਨੂੰ ਤਾਂ ਫਿਰ ਜਦੋਂ ਲੜਾਈ ਹੋ ਗਈ ਉਦੋਂ ਲੜਾਈ ਲੜੀ ਹੋਈ ਫਿਰ ਮੈਨੂੰ 2 ਵਜੇ ਪਤਾ ਲੱਗਿਆ ਕਹਿੰਦੇ ਤੇਰਾ ਭਰਾ ਪੂਰਾ ਹੋ ਗਿਆ ਰਾਤੀ 2 ਵਜੇ ਅੱਛਾ 2 ਵਜੇ ਤੁਹਾਨੂੰ ਪਤਾ ਲੱਗਾ ਹਾਂਜੀ ਅਤੇ ਕਿੰਨੇ ਬ੍ਰਦਰ ਹੋ ਤੁਸੀਂ 4 ਬ੍ਰਦਰ ਹੈ 1 ਸਿਸਟਰ ਹੈ ਕਿੱਥੇ ਰਹਿਣ ਵਾਲੇ ਪ੍ਰੀਤ ਨਗਰ 32-1 ਨੰਬਰ ਗਲ 'ਚ ਰਹਿਣ ਵਾਲੇ ਅਤੇ ਇਹ ਮਤਲਬ ਇੱਥੇ ਵੈਸੇ ਯਾਰੀ ਦੋਸਤੀ ਜਾਂਦੇ ਸੀ ਹਾਂਜੀ ਹਾਂਜੀ ਤੇ ਉਹਨਾਂ ਦੀ ਡੈਥ ਹੋ ਗਈ ਹੈ ਹਾਂਜੀ ਹਾਂਜੀ ਪਰ ਉਹਨਾਂ ਵੱਲੋਂ ਕਿਹਾ ਮੇਰਾ ਬੇਟਾ ਹੈ ਕਿੰਨਾ ਵਾਲੇ ਉਹਨਾਂ ਦਾ ਬੇਟਾ ਨਹੀਂ ਗਾ ਜੀ ਅੱਛਾ ਅੱਛਾ ਜੀ ਠੀਕ ਹੈ ਤੇ ਹੁਣ ਪੁਲਿਸ ਕੋ ਕੀ ਮੰਗ ਕਰ ਰਹੇ ਹੋ ਤੁਸੀਂ ਪੁਲਿਸ ਕੋ ਇਹ ਮੰਗ ਕਰਦੇ ਆ ਹੁਣ ਜਿੰਨਾ ਮੇਰਾ ਭਰਾ ਦੀ ਪੂਰਾ ਹੋਇਆ ਜੀ ਹੁਣ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਹਾਂਜੀ ਰਾਤ ਸਾਨੂੰ ਇਨਫੋਰਮੇਸ਼ਨ ਆਈ ਸੀ ਇੱਕ ਇੱਥੇ ਆਪਣਾ ਫਤਿਹ ਸਿੰਘ ਨਗਰ ਆ ਜਿਹੜਾ ਇਹ ਜੀ ਇੱਥੇ ਲੜਾਈ ਹੋਈ ਆ ਘੱਟੋ ਘੱਟ 13-14 ਬੰਦੇ ਇਸ ਧਿਰ ਦੇ ਸੀਗੇ ਅਤੇ ਓਪੋਜ਼ਿਟ ਧਿਰ ਦੇ ਵੀ 13-14 ਬੰਦੇ ਸੀਗੇ ਪਰ ਵੈਰੀਫਾਈ ਕਰ ਰਹੇ ਹਾਂ ਕੌਣ ਕੌਣ ਸੀ ਡੈਥ ਵੀ ਹੋਈ ਹੈ ਕਿਸੇ ਦੀ ਹਾਂਜੀ ਹਾਂਜੀ ਉਹ ਲੜਕੇ ਦੀ ਹੋਈ ਹੈ ਸਰ ਕੌਣ ਆ ਮੈਡਮ ਉਹ ਸ਼ਖਸ ਜਿਹਦੀ ਡੈਥ ਹੋਈ ਹੈ ਉਹਦਾ ਨਾਮ ਹੈਗਾ ਦਲਜੀਤ ਸਿੰਘ ਕਾਕਾ ਸਿਰਫ ਦਾਤਾਂ ਨਾਲ ਇੱਕ ਦੂਜੇ ਤੇ ਹਮਲਾ ਕੀਤਾ ਤੇ ਜਾਂ ਇੱਟਾਂ ਉੱਟਾਂ ਨਾਲ ਇਹਨਾਂ ਨੇ ਕੋਈ ਰੰਜਿਸ਼ ਆ ਪੁਰਾਣੀ ਦੇਖੋ ਜੀ ਕਰ ਰਹੇ ਇਨਵੈਸਟੀਗੇਸ਼ਨ ਫਿਰ ਤੁਹਾਡੇ ਧਿਆਨ ਚ ਲਿਆਦਾ ਇਹ ਸ਼ਿਮਲਾਪੁਰੀ ਦਾ ਰਹਿਣ ਵਾਲਾ ਸੀ ਜਿਹਦੀ ਡੈਥ ਹੋਈ ਹੈ ਵੈਸੇ ਕੰਮ ਆਇਆ ਸੀ ਇੱਥੇ ਰਹਿੰਦਾ ਸੀ ਘਰ ਦੇ ਤਾਂ ਕਹਿ ਰਹੇ ਇੱਥੇ ਰਹਿੰਦਾ ਸੀ ਇਹਨਾਂ ਕੋਲ 2-3 ਸਾਲ ਤੋਂ ਇੱਥੇ ਰਹਿ ਰਿਹਾ ਇਹਨਾਂ ਤੋਂ ਪੁੱਛਗਿੱਛ ਕੀਤੀ ਹੈ ਕਹਿੰਦੇ ਸਾਡੇ ਨਾਲ ਮਤਲਬ ਇਹਨਾਂ ਦੇ ਮੁੰਡਾ ਜਿਹੜਾ ਜੇਲ੍ਹ 'ਚੋਂ ਆਇਆ ਉਹਦਾ ਫਰੈਂਡ ਫਰੂੰਡ ਹੀ ਸੀ ਬਾਕੀ ਕਲੀਅਰ ਕਰ ਲੈਂਦੇ ਬਾਅਦ 'ਚ ਅਤੇ ਮੈਮ ਕਿੰਨੇ ਜਣਿਆਂ ਵੱਲੋਂ ਹਮਲਾ ਕੀਤਾ ਗਿਆ ਇੱਥੇ ਤਕਰੀਬਨ ਫੁਟੇਜ 'ਚ ਤਾਂ ਹੈਗੀ ਆ 7-8 ਜਣੇ ਬਾਕੀ ਕਰ ਰਹੇ ਹਾਂ ਤਫਤੀਸ਼ ਦੱਸ ਦਾਂਗੇ ਠੀਕ ਠੀਕ ਓਕੇ